ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ ਅਤੇ ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ 'ਤੇ। ਇਰਾਨ ਦੇ ਵਿੱਚ ਇਮੀਗ੍ਰੇਸ਼ਨ ਕਰਕੇ ਇਰਾਨ ਆਪਾਂ ਪਹੁੰਚ ਗਏ ਇਸ ਵੇਲੇ, ਹੁਣ ਅਤੇ 10 ਵਜੇ ਪਹੁੰਚੇ ਸਾਂ। ਸਵੇਰੇ ਕਾਫੀ ਲੇਟ ਹੋ ਗਏ, ਹੁਣ ਗੱਡੀ ਦੀ ਕਲੀਅਰੈਂਸ ਵਾਸਤੇ ਤਕਰੀਬਨ ਸਾਨੂੰ 1.5-2 ਘੰਟੇ ਜਿਹੜੇ ਲੱਗ ਗਏ। ਉਹ ਸਾਡਾ ਦੋਸਤ ਆ ਵੈਲਕਮ ਕਹਿੰਦਾ, ਜਿਹਨੇ ਸਾਡਾ ਗੱਡੀ ਗੁੱਡੀ ਕਲੀਅਰ ਕਰਵਾਈ ਹੈ, ਅਤੇ ਹੁਣ ਆਪਾਂ ਗੱਡੀ ਲੈ ਕੇ ਅੱਗੇ ਵੱਧਦੇ ਹਾਂ। ਅੱਜ ਆਪਾਂ ਹੋਪਫੁਲੀ ਸ਼ਿਰਾਜ਼ ਜਾਵਾਂਗੇ, ਸ਼ਿਰਾਜ਼ ਰਾਤ ਰੁਕਾਂਗੇ, ਉਸ ਤੋਂ ਬਾਅਦ ਅਗਲਾ ਸਫ਼ਰ ਸ਼ੁਰੂ ਕਰਦੇ। ਪਹਿਲਾਂ ਗੱਡੀ ਆਪਾਂ ਲੈ ਲਈਏ, ਫਿਰ ਗੱਲਾਂ ਕਰਦੇ। ਬਾਹਰ ਨਿਕਲ ਕੇ ਇਸ ਦਫ਼ਤਰ ਤੋਂ ਸਾਨੂੰ ਇਹਦਾ ਗੇਟ ਪਾਸ ਗੱਡੀ ਦਾ ਮਿਲਿਆ, ਗੇਟ ਪਾਸ ਬਣ ਗਿਆ, ਸਾਰੀ ਡਾਕੂਮੈਂਟੇਸ਼ਨ ਮੁਕੰਮਲ ਹੋ ਗਈ ਹੈ। ਹੁਣ ਇਸ ਤੋਂ ਬਾਅਦ ਆਪਾਂ ਕਾਰਨੇਟ ਲੈ ਕੇ ਅੰਦਰੋਂ ਅਤੇ ਗੱਡੀ ਬਾਹਰ ਲਿਆਉਣੀ ਹੈ। ਫਾਈਨਲ ਜਿਹੜਾ ਸਾਡਾ ਕੰਮ ਸੀ ਹੋ ਗਿਆ, ਕਿਉਂਕਿ ਉੱਥੇ ਕਲੀਅਰਿੰਗ ਏਜੰਟ ਹੈ, ਉਹਨੂੰ ਹਾਇਰ ਕੀਤਾ ਸੀ, ਉਹਨੇ ਸਾਰਾ ਕੁਝ ਕਰਵਾ ਦਿੱਤਾ। ਅਤੇ ਇੱਥੇ ਆ ਕੇ ਕਿੰਨੇ ਪੈਸੇ ਲੱਗੇ, ਕਿੰਨੇ ਡੋਲਰ ਲੱਗੇ, ਕੀ ਕਿਸ ਤਰ੍ਹਾਂ ਕਿਸ ਤਰ੍ਹਾਂ ਆਇਆ, ਇਹ ਵੀ ਮੈਂ ਸਾਰੀ ਡਿਟੇਲ ਤੁਹਾਨੂੰ ਗੱਡੀ 'ਚ ਬਹਿ ਕੇ ਦੱਸਦਾ। ਫਿਰ ਲਾ ਵੀ ਗੱਡੀ ਸਾਡੀ ਆ ਗਈ ਆ, ਗੱਡੀ ਕੱਢ ਲਈ ਇੱਧਰੋਂ ਇਹਨਾਂ ਦੇ ਪਰਸ਼ੀਅਨ ਗਲਫ ਇੰਟਰਨੈਸ਼ਨਲ ਪੈਸੇਂਜਰ ਟਰਮੀਨਲ ਤੋਂ ਲੱਗੇ ਸਾਨੂੰ ਪੂਰੇ 4 ਘੰਟੇ ਅਤੇ ਡਿਟੇਲ ਤੁਹਾਨੂੰ ਮੈਂ ਜ਼ਰੂਰ ਦੱਸਦਾ ਵੀ ਕਿਸ ਤਰ੍ਹਾਂ ਹੋਣਾ ਸੀ। ਫਿਲਹਾਲ ਸਮਾਨ ਫਿਰ ਅੱਜ ਇੱਥੇ ਰੱਖ ਲਿਆ, ਉੱਤੇ ਕਰਾਂਗੇ। ਆ ਸਾਡਾ ਦੋਸਤ ਸਾਡੇ ਨਾਲ ਆ ਮਾਸੂਦ ਅਜ਼ੀਜ਼ੀ, ਅਜ਼ੀਜ਼ੀ ਕਹਾਂ ਸੇ ਆਪ? ਸ਼ਿਰਾਜ਼ ਲਾਹੌਰ। ਸ਼ਿਰਾਜ਼ ਹੁਣ ਸਾਡੇ ਨਾਲ ਹੀ ਜਾਏਗਾ, ਮਾਸੂਦ ਸਾਡੇ ਨਾਲ ਹੀ ਜਾਏਗਾ। ਹੁਣ ਜਾਂਦੇ ਰਾਹ 'ਚ ਇਹਦੇ ਕੋਲ ਰੁਕਾਂਗੇ ਥੋੜ੍ਹੀ ਦੇਰ ਵਾਸਤੇ, ਮੂੰਹ ਹੱਥ ਧੋ ਕੇ ਫਿਰ ਅੱਗੇ ਨਿਕਲਦੇ ਹਾਂ। ਅਤੇ ਕੀ ਕੁਛ ਚਾਹੀਦਾ, ਕਿਹੜੀਆਂ ਕਿਹੜੀਆਂ ਚੀਜ਼ਾਂ, ਉਹ ਮੈਂ ਸਾਰਾ ਤੁਹਾਨੂੰ ਦੱਸਦਾ ਵੀ ਕਿੰਨੇ ਪੈਸੇ ਲੱਗਦੇ ਅਤੇ ਕਲੀਅਰੈਂਸ 'ਤੇ ਕੀ ਹਿਸਾਬ ਆ, ਉਹ ਸਾਰਾ ਤੁਹਾਨੂੰ ਦੱਸਦਾ ਮੈਂ। ਗੱਡੀ 'ਚ ਬਹਿ ਕੇ ਬਾਹਰ ਗਰਮੀ ਬਹੁਤ ਆ, ਇਸ ਅੰਦਰ ਮੈਂ ਗੱਲ ਕਰਦਾ। Thank you so much for trusting us, for coming to Iran. You are so welcome. Inshallah, in the future, with this company, come to Iran and visit Iran with your car and enjoy the atmosphere. So much. Thank you. Thank you so much. I think there is a lot of time. Yeah. Because we are there at 10 a.m. And now it's around the clock, 2:30. As you know, we are engaged with three organizations, customs, PMO and security organization. We should pass the certificate and got the admission for going to new level. And today we start at around 11 and get the DO and payments, and after that clearancing, and after that complete the document. And right now you are ready to exit. And I invite all your followers and your persons that they are following you in all the social media, come to Iran and enjoy. What is your name? My name is Murtaza. Murtaza. Yeah, I'm customs agent and custom president. Okay, Murtaza, so thank you. Main dasda jaawan vi der sanu te ka vaawa ho gayi hai, takriban sanu 4 ghante de kol lag gaya te tanu Iran jadon tusi aao Iran inna time tanu chahida hoega। ਇਹ ਆਹ ਸਾਡਾ ਮਿਲ ਗਿਆ ਕਾਰਨੇਟ, ਗੱਡੀ ਦੀ ਕਲੀਅਰੈਂਸ, ਅਤੇ ਉਸ ਤੋਂ ਬਾਅਦ ਗੇਟ ਪਾਸ, ਉਹ ਮੈਂ ਤੁਹਾਨੂੰ ਪਹਿਲਾਂ ਆਇਆ ਸੀ, ਗੇਟ ਪਾਸ ਹੀ ਬਣ ਗਿਆ। ਓਕੇ, ਇੱਥੇ ਨੰਬਰ ਪਲੇਟ ਚੇਂਜ ਕਰਾਉਣੀ ਪੈਂਦੀ ਹੁੰਦੀ ਆ, ਲੇਕਿਨ ਅਗਰ ਤੁਸੀਂ ਇਸ ਤਰ੍ਹਾਂ ਮੁਰਤਜ਼ਾ ਨਾਲ ਕਰ ਲਓ ਕੰਟੈਕਟ, ਜੇ ਫਿਰ ਪਰਮਿਸ਼ਨ ਲੈ ਲੈਂਦਾ ਵੀ ਇਹਨਾਂ ਨੇ ਟ੍ਰਾਂਜ਼ਿਟ ਲੈਣਾ, ਤਾਂ ਤੁਹਾਨੂੰ ਨੰਬਰ ਪਲੇਟ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ। ਅਤੇ ਮੁਰਤਜ਼ਾ, ਦੀ ਕੋਸਟ, ਵਾਟ ਇਜ਼ ਦ ਕੋਸਟ ਲਾਈਕ ਡੀਓ ਐਂਡ ਅਦਰ? Cost is divided in the three parts. Number one, the fees that you officially you should pay. Number two, the things that for copies and some procedure and blah blah blah. And number three, our brokerage. We accept low brokerage for your followers and your people, because we want to
motivate them to come to Iran and visit the Iran and enjoy of the atmosphere. What is the cost? Exactly, cost is for each car, it's around 200 from car or motorbike. For the cars, it's around with the brokerage and all the cost is around 250-260. Okay, Murza. You're welcome. Thank you. Hopefully, see you next time. Yeah, see you next time. Yeah. Because we're going to after our tour Pakistan and then then we'll come Iran and go out for UAE. Interesting. Interesting. Yeah. Very nice. So see you soon. Have fun and enjoy your life. Thank you. Bye-bye. ਲਓ ਜੀ ਇਰਾਨ ਸਾਡੀ ਐਂਟਰੀ ਇਰਾਨ ਦੇ ਝੰਡੇ ਝੂਲਦੇ ਆ ਫਲੈਗ ਲੱਗੇ ਅਤੇ ਹੁਣ ਆਪਾਂ ਵੱਧਦੇ ਅੱਗੇ ਗਰਮੀ ਬਹੁਤ ਆ ਅਤੇ ਗੱਲਾਂ ਬਾਤਾਂ ਕਰਦੇ ਲਓ ਵੀ ਫਾਈਨਲੀ ਅਸੀਂ ਬੰਦਰ ਬਾਸ ਬੋਰਡ ਤੋਂ ਨਿਕਲ ਕੇ ਸ਼ਹਿਰ 'ਚ ਵੜ ਗਏ ਹਾਂ ਆ ਐਗਜ਼ਿਟ ਦੀ ਫਾਈਨਲ ਇਹਨਾਂ ਨੇ ਦੇ ਦਿੱਤੀ ਹੈ ਪੁਲਿਸ ਦੀ ਰਿਪੋਰਟ ਸਾਰਾ ਕੁਛ ਇੱਕ ਲੈਟਰ ਆ ਦਿੱਤਾ ਸੀ ਇੱਕ ਆ ਦੇ ਦਿੱਤਾ ਅਤੇ ਆਪਾਂ ਹੁਣ ਬੰਦਰ ਬਾਸ ਜਿਹੜਾ ਸ਼ਹਿਰ ਆ ਉਹਦੇ ਵਿੱਚ ਐਂਟਰ ਕਰ ਰਹੇ ਹਾਂ ਆ ਪਹਿਲੀ ਚਲੇ ਗਏ ਬੰਦਰ ਬਾਸ ਸ਼ਹਿਰ ਦੀ ਉਹ ਮਸਜਿਦ ਕਿੱਡੀ ਖੂਬਸੂਰਤ ਆ ਆਪਾਂ ਹੁਣ ਅੱਗੇ ਨੂੰ ਵੱਧਦੇ ਹਾਂ ਇਰਾਨ ਵੇਖਦੇ ਹਾਂ ਇਹ ਦੁਕਾਨਾਂ ਦੁਕਾਨਾਂ ਮਸਜਿਦ ਵੇਖੋ ਦੁਕਾਨਾਂ ਦੁਕਾਨਾਂ ਸੇਮ ਆਪਣੇ ਤਰ੍ਹਾਂ ਜਿਵੇਂ ਆਪਣੇ ਹੁੰਦੀਆਂ ਦੁਕਾਨਾਂ ਨਾ ਉੱਥੇ ਹੀ ਹੈ ਪਾਕਿਸਤਾਨ ਵਾਲੀਆਂ ਦੁਕਾਨਾਂ ਇੱਥੇ ਸਾਨੂੰ ਇਰਾਨ ਐਂਟਰ ਹੋਣਗੇ ਬੰਦਰਬਾਸ ਜਦੋਂ ਐਂਟਰ ਹੋਏ ਹਾਂ ਉਹਦੇ ਤੋਂ ਹੁਣ ਤੱਕ ਸਾਨੂੰ ਟਾਈਮ ਤਕਰੀਬਨ 4 ਘੰਟੇ ਮੰਨ ਕੇ ਚਲੋ ਤੁਸੀਂ ਸਾਨੂੰ ਲੱਗ ਗਏ ਆ 4 ਘੰਟੇ ਜੇ ਆਪਾਂ ਪੈਸਿਆਂ ਦੀ ਗੱਲ ਕਰੀਏ ਕਿੰਨੇ ਕੁ ਲੱਗਦੇ US$ ਤੁਹਾਡੇ $250 $260 ਤਕਰੀਬਨ ਲੱਗ ਜਾਂਦੇ 100+ ਰੁਪਈਏ ਇਹਨਾਂ ਦੀ DO ਫੀਸ ਹੈ ਡਿਲੀਵਰੀ ਔਰਡਰ ਇੱਕ ਹੋਰ ਫੀਸ ਆ ਫਿਰ ਜਿਹੜਾ ਇੱਥੇ ਤੁਸੀਂ ਅਸੀਂ ਮੁਰਤਜ਼ਾ ਏਜੰਟ ਹਾਇਰ ਕੀਤਾ ਸੀ ਇਹਨੇ $80 ਇਹਨੇ ਲਏ ਵੈਸੇ ਬਿਹਤਰ ਹੈ ਜੇ ਤੁਸੀਂ ਇੱਥੇ ਆ ਕੇ ਮੁਰਤਜ਼ਾ ਨਾਲ ਕੋਂਟੈਕਟ ਕਰ ਲਓ ਮੈਂ ਨੰਬਰ ਸ਼ੇਅਰ ਕਰ ਦਾਂਗਾ ਜਿਹੜੇ ਵੀ ਆਉਣਾ ਚਾਹੁੰਦੇ ਹੋ ਜਿਹੜੇ ਬੰਦਰ ਵਾਸਤੇ ਹੁੰਦੇ ਆ ਕਿਉਂਕਿ ਅਗਰ ਤੁਸੀਂ ਏਜੰਟ ਹਾਇਰ ਨਹੀਂ ਕਰਦੇ ਤਾਂ ਤੁਹਾਨੂੰ 24 ਘੰਟੇ ਲਈ ਗੱਡੀ ਜਿਹੜੀ ਨਹੀਂ ਮਿਲਦੀ ਕਿਉਂਕਿ ਸਾਨੂੰ ਡਾਕੂਮੈਂਟੇਸ਼ਨ ਤਾਂ ਉਹਨਾਂ ਨਹੀਂ ਪਤਾ ਜਿੰਨਾ ਇਹਨਾਂ ਨੂੰ ਪਤਾ ਜਿਹੜੇ ਏਜੰਟ ਹੁੰਦੇ ਆ ਸੋ ਇਹ $80 ਜਾਂ $100 ਦੇ ਲੈਣਾ ਵਾਰੇ 'ਚ ਆ ਦਓਗੇ ਤੁਹਾਡਾ ਸੇਮ ਡੇ 'ਚ ਪ੍ਰੋਸੀਜਰ ਹੋ ਸਕਦਾ ਅਦਰਵਾਈਜ਼ ਅਗਲੇ ਦਿਨ 'ਤੇ ਪੈ ਜਾਂਦਾ ਉੱਥੇ ਸਾਡੇ ਤੋਂ ਪਹਿਲੇ ਇੱਕ ਬੰਦਾ ਸੀ ਕਹਿੰਦਾ ਸੀ ਮੈਨੂੰ ਗੱਡੀ ਨੂੰ 24 ਘੰਟੇ ਲੱਗ ਜਾਣੇ ਤੁਹਾਡੀ ਨੂੰ ਲੇਕਿਨ ਅਸੀਂ ਏਜੰਟ ਹਾਇਰ ਕੀਤਾ ਸੀ ਉਹਦੀ ਵਜ੍ਹਾ ਨਾਲ ਸਾਨੂੰ ਜਲਦੀ ਸਾਰੇ ਡਾਕੂਮੈਂਟੇਸ਼ਨ ਮੁਕੰਮਲ ਹੋ ਗਈ ਆ ਅਤੇ ਹੁਣ ਅਸੀਂ ਸ਼ਿਰਾਜ਼ ਵੱਲ ਨੂੰ ਵੱਧ ਰਹੇ ਹਾਂ ਅਤੇ ਦੁਆ ਕਰਨਾ ਸਾਡਾ ਇਰਾਨ ਦਾ ਪਹਿਲਾ ਸਫ਼ਰ ਆ ਸਟਾਰਟ ਕਰਨ ਜਾ ਰਹੇ ਹਾਂ ਰੱਬ ਸੋਹਣਾ ਸਾਨੂੰ ਖੈਰੋ ਅਫੀਅਤ ਨਾਲ ਲੈ ਕੇ ਜਾਵੇ ਅਤੇ ਵਾਪਸ ਅਸੀਂ ਆਈਏ ਅਤੇ ਚੰਗੇ ਚੰਗੇ ਸੋਹਣੇ ਸੋਹਣੇ ਵੀਡੀਓ ਜਿਹੜੇ ਵਾ ਤੁਹਾਡੇ ਤੱਕ ਸ਼ੇਅਰ ਕਰਦੇ ਰਹੀਏ ਆਓ ਚੱਲਦੇ ਹੁਣ ਆਪਾਂ ਅੱਗੇ ਸ਼ਿਰਾਜ਼ ਵੱਲ ਲਓ ਬਈ ਪੰਪ 'ਤੇ ਤੇਲ ਪਾਉਣ ਵਾਸਤੇ ਰੁਕ ਗਏ ਹਾਂ ਕਿਉਂਕਿ ਤੇਲ ਆਪਣੇ ਕੋਲ ਥੋੜ੍ਹਾ ਅਤੇ ਪੰਪ ਵੀ ਮੈਂ ਵੇਖਿਆ ਜਿਵੇਂ ਆਪਣੇ ਉਹ ਪਿੰਡਾਂ 'ਚ ਨਹੀਂ ਹੁੰਦੇ ਪੰਪ ਪਹਿਲਾਂ ਹੁੰਦੇ ਸੀ ਵਿਕਾਰ ਹਾਂਜੀ ਜਿਵੇਂ ਆਪਣੇ ਪਹਿਲਾਂ ਪਿੰਡਾਂ 'ਚ ਉੱਦਾਂ ਦੇ ਪੰਪ ਹੈ ਟੁੱਟਾ ਜਿਹਾ ਪੰਪ ਹੈ ਅੱਗੇ ਸ਼ਾਇਦ ਹੁਣ ਵਧੀਆ ਲੇਕਿਨ ਅਸੀਂ ਜਿੱਥੇ ਰੁਕੇ ਹਾਂ ਟੁੱਟਾ ਜਿਹਾ ਹੀ ਹੈ ਭਾਵਾਂ ਟੁੱਟਾ ਜਿਹਾ ਰਸ਼ ਵੇਖੋ ਰਸ਼ ਵੀ ਤੇ ਨਾਲੇ ਕਾਰਡ ਵੀ ਚੱਲਦਾ ਇੱਥੇ ਵੀ ਵੇਖੋ ਉਹ ਆਂਦਾ ਵੀ ਅਸੀਂ ਜਿਹਦੇ ਕੋਲ ਕਾਰਡ ਹੋਇਆ ਹੁਣ ਤੇਲ ਅਸੀਂ ਉਹ ਸਾਹੀ ਚੇਂਜ ਨਹੀਂ ਕਰਾਇਆ ਹਲੇ ਤੇ ਮੁੰਡਾ ਜਿਹੜਾ ਨਾਲ ਹੈ ਨਾ ਆਪਣੇ ਮਸੂਦ ਆਂਦਾ ਕੋਈ ਬਾਤ ਨਹੀਂ ਪੈਸਾ ਹਮ ਦੇਗਾ ਮੈਂ ਕਿਹਾ ਭਰਾਵਾ ਚਲੋ ਤੈਨੂੰ ਤੜਾ ਕੇ ਉੱਥੋਂ ਦੇ ਦਾਂਗੇ ਪਰ ਲੈਣੇ ਇੰਨੇ ਕੋਈ ਨਹੀਂ ਗੇ ਅਸੀਂ ਆਈਡੀਆ ਤੇ ਕੱਢੀਏ ਕਿਉਂ ਕਰ ਨਹੀਂ ਬਹੁਤ ਚੰਗਾ ਸਾਡੇ ਨਾ 4 ਘੰਟੇ ਪੂਰਾ ਉੱਥੇ ਨੇ ਵੇਟ ਕੀਤਾ ਇਸ ਮੁੰਡੇ ਨੇ ਸਾਨੂੰ ਨੈਟ ਦਿੱਤਾ ਨੈਟ ਦਿੱਤਾ ਸਿਮ ਲੈ ਕੇ VPN ਲੈ ਕੇ ਦਿੱਤਾ ਕਿੰਨੀਆਂ ਚਾਵਾਂ ਲੈਤੀਆਂ ਉਸ ਤੋਂ ਬਾਅਦ ਪੀਣ ਵਾਸਤੇ ਵਿਟਾਮਿਨ ਸੀ ਲੈ ਕੇ ਹੁਣ ਪੈਟਰੋਲ ਲੈ ਜਾਣਾਗਾ ਪੈਟਰੋਲ ਕਿੰਨਾ ਕੀ ਰੇਟ ਹੈ ਇੱਥੇ ਪੈਟਰੋਲ ਦਾ ਮੈਂ ਦੱਸਦਾ ਆਉਂਦਾ ਤਾਂ ਹੈ ਵਾ
ਪੀ ਵਾਹਵਾ ਸਸਤਾ ਵਾ ਵੀ 25 ਫਿਲਸ ਦਾ ਵਾ ਜਿਵੇਂ UAE ਦੇ ਨਾ ਜਿਹੜੇ ਦਿਰਮ 25 ਫਿਲਸ ਦਾ ਵੇਖਦੇ ਕੀ ਰੇਟ ਹੈ ਜਿਹਨਾਂ ਬਹੁਤ ਸਾਰੇ ਥਾਵਾਂ ਦੇ ਆਹ ਵਾਲਾ ਨਾ ਬਣੇ ਸੀ ਹਾਊਸ ਜੇ ਨਾ ਮੈਂ ਇਹਨੂੰ ਪੁੱਛਿਆ ਆਪਣੇ ਨੂੰ ਮਸੂਦ ਨੂੰ ਕੀ ਆ ਮਸੂਦ ਕਿਆ ਹੈ ਯੇ ਇਸਕੋ ਕਭੀ ਕਿ ਬਾਰਿਸ਼ ਆਤਾ ਹੈ ਹਾਂ ਇਸਮੇ ਫੂਲ ਪਾਣੀ ਆਤਾ ਹੈ ਹਾਂ ਕਿ ਕੋਈ ਜਗ੍ਹਾ ਪਾਣੀ ਨਹੀਂ ਖਤਮ ਹੈ ਐਸਾ ਹੋਤਾ ਹੈ ਲਿਕ ਜਾਤਾ ਹੈ ਦੇਖੋ ਹਾਂ ਪਾਣੀ ਸੇਵ ਕਰ ਲੇਤਾ ਹਾਂ ठीक है ये पानी सेव करके बाद में जब पानी खत्म हो जाता है तब पीते हैं ऐसे है? ये पानी पीने के लिए इस्तेमाल होता है ये सारे एरिया में इसी तरह ही है बारिश में पानी है अच्छा पानी है हाँ बारिश में अच्छा पानी ट्रैक्टर से साढ़े नाल दे ये हमारे भी 175 अपने 375 हमारे भी ट्रैक्टर यही वाले है एक ट्रैक्टर इतो देना 475 ਲੋ ਵੀ ਦੋਸਤੋ ਅਸੀਂ ਹੁਣ ਰਸਤੇ ਦੇ ਵਿੱਚ ਆ ਸਾਰੇ ਦਾ ਸਾਰਾ ਜਿਹੜਾ ਰਸਤਾ ਆਪਾਂ ਤੁਰੇ ਹਾਂ ਬੰਦਰਬਾਸ ਤੋਂ ਸ਼ਹਿਰ ਬੰਦਰਬਾਸ ਤੋਂ ਸ਼ਿਰਾਜ਼ ਵੱਲ ਨੂੰ ਰਸਤੇ 'ਚ ਸਾਡਾ ਦੋਸਤ ਮਸੂਦ ਦਾ ਸ਼ਹਿਰ ਹੈ ਲਾਰ ਨਾ ਅਤੇ ਅਸੀਂ ਲਾਰ ਰੁਕਣਾ ਅਤੇ ਰਸਤੇ ਦੇ ਵਿੱਚ ਮੈਂ ਸੋਚਿਆ ਕਿਉਂ ਨਾ ਟਾਈਮ ਲੈਪਸ ਲਾ ਕੇ ਤੁਹਾਨੂੰ ਇੱਥੋਂ ਦੀ ਵੀਡੀਓ ਸ਼ੇਅਰ ਕਰਾਂ ਕਿ ਕਿਸ ਤਰ੍ਹਾਂ ਦਾ ਲੈਂਡਸਕੇਪ ਹੈ ਇੱਥੇ ਦਾ ਇਸ ਏਰੀਏ ਦਾ ਦੂਰ ਦੂਰ ਤੱਕ ਕੋਈ ਚੀਜ਼ ਜਿਹੜੀ ਉਹ ਨਜ਼ਰ ਨਹੀਂ ਆਉਂਦੀ ਤੁਸੀਂ ਵੇਖ ਸਕਦੇ ਹੋ ਅਤੇ ਪਹਾੜ ਹੀ ਪਹਾੜ ਆ ਮਿੱਟੀ ਵਾਲੇ ਪਹਾੜ ਅਤੇ ਸਾਡਾ ਸਫ਼ਰ ਰਹਿ ਗਿਆ 1 ਘੰਟੇ 23 ਮਿੰਟਾਂ ਦਾ 1 ਘੰਟੇ 23 ਮਿੰਟਾਂ 'ਚ ਹੋਪਫੁਲੀ ਆਪਾਂ ਪਹੁੰਚ ਜਾਣਾ ਲਾਰ ਅਤੇ ਉੱਥੇ ਜਾ ਕੇ ਵੇਖਾਂਗੇ ਡਿਸਾਈਡ ਕਰਾਂਗੇ ਰੁਕਣਾ ਕਿ ਅੱਗੇ ਜਾਣਾ ਅਤੇ ਇੰਜੋਏ ਕਰੋ ਤੁਸੀਂ ਸਾਡੇ ਇਸ ਟੂਰ ਦੇ ਇਸ ਰਸਤੇ ਦੀ ਵੀਡੀਓ
ਮਸੂਦ ਭਾਈ ਉੱਪਰ ਕਿਆ ਲਿਖਾ ਦਾ ਇਮਦਾਦ ਖਤਾ ਇਮਦਾਦ ਰਿਕਵਰੀ ਹਾਂ ਜਬ ਪਾਣੀ ਖਤਮ ਹੋ ਜਾਏ ਤੋ ਇਧਰ ਸੇ ਆ ਕੇ ਫਿਰ ਲੇਤੀ ਤੋ ਇਧਰ ਪਾਣੀ ਆਤਾ ਇਧਰ ਕੈਸੇ ਹੈ ਪਹਾੜੋਂ ਸੇ ਜੋ ਆਤਾ ਹਾਂ ਹਾਂ ਵੇਖੋ ਇਹ ਬਹੁਤ ਡੂੰਘੇ ਬਣਾਏ ਇਹਨਾਂ ਨੇ ਨਾ ਸਾਰੇ ਮੈਂ ਵਹਿੰਦਾ ਆਇਆ ਵੀ ਤੋੜੋ ਤੋੜਾ ਪਾਣੀ ਵਾਲੇ ਇਸ ਤਰ੍ਹਾਂ ਬਣਾਏ ਜਿੱਥੇ ਜਿੰਨਾ ਏਰੀਆ ਮੈਂ ਹੁਣ ਤੱਕ 200 ਕਿਲੋਮੀਟਰ ਕਰ ਆਇਆ ਇਹ ਸਾਰੇ ਏਰੀਆ ਦੇ ਵਿੱਚ ਬਣਾਏ ਇਹਨਾਂ ਨੇ ਹਾਊਸ ਜਿਹੜੇ ਨਾ ਹਾਂ ਇੱਧਰ ਪਾਣੀ ਆਏਗਾ ਵੇਖੋ ਨਾ ਜਗ੍ਹਾ ਬਣਾਈ ਇੱਧਰ ਦੀ ਪਾਣੀ ਆ ਕੇ ਬਾਰਿਸ਼ਾਂ ਦਾ ਪਾਣੀ ਉਹ ਪਹਾੜਾਂ ਦਾ ਜਿਹੜਾ ਪਾਣੀ ਲੱਗਦਾ ਬਾਰਿਸ਼ਾਂ ਦਾ ਆ ਸਾਰੇ ਪਹਾੜ ਨੇ ਇੱਧਰ ਉਹ ਇੱਧਰ ਦੀ ਫਿਰ ਇੱਥੇ ਸੇਵ ਕਰਦੇ ਪਾਣੀ ਇਹ ਫਿਰ ਪੀਣ ਦੇ ਇਸ ਕੰਮ ਆਉਂਦਾ ਅਤੇ ਕਹਿੰਦਾ ਕਿ ਪਾਣੀ ਮਹਿੰਗਾ ਪੈਟਰੋਲ ਸੇ ਮਹਿੰਗਾ ਪਾਣੀ ਕਿਤਨਾ ਕਿਤਨੇ ਕਾ ਹੈ ਬੋਤਲ ਬੋਤਲ ਮੈਂ ਪਾਣੀ ਦਾ ਬੋਤਲ 20,000 ਰੁਪਏ ਕਾ ਇਰਾਨੀ 10,000 ਹੈ ਪੈਟਰੋਲ ਮੈਂ 3,000 ਹਾਂ ਪੈਟਰੋਲ 3,000 ਦਾ ਤੇ ਪਾਣੀ 10,000 ਦਾ ਬੰਦੇ ਤੇਲ ਪੀਣ ਪਾਣੀ ਪੀਣ ਆ ਜਾ ਹਾਂ ਫੋਟੋ ਬਣਾਉਂਦੇ ਮੈਂ ਨਾ ਵੇਖ ਕੇ ਇਹਨੂੰ ਕਹਿਣ ਡਿਆ ਵੀ ਥੋੜ੍ਹਾ ਜਿਹਾ ਮੌਸਮ ਠੰਡਾ ਹੁੰਦਾ ਨਾ ਅਤੇ ਆਪਾਂ ਵੇਖ ਕੇ ਜਾਣਾ ਵੀ ਇਹ ਕੀ ਬਣਾਇਆ ਅਤੇ ਬੜੇ ਵਧੀਆ ਬਣਾਈ ਸ਼ਾਇਦ ਉਹਨਾਂ ਪਾਣੀ ਸੇਵ ਕਰਨ ਵਾਸਤੇ ਪਹੁੰਚ ਗਏ ਆਪਣੇ ਬੇਟੇ ਕੇ ਪਾਸ ਤਸਵੀਰ ਦਿਖਾ ਰਹੇ ਥੇ ਤੋ ਇਹ ਪਹੁੰਚ ਗਏ ਇਹ ਇਨਕੇ ਵਾਲਦ ਸਾਹਿਬ ਹੈ ਵਾਲਦ ਸਾਹਿਬ ਹਾਂ ਬਾਬਾ ਵਾਲਿਦ ਕੋ ਬਾਬਾ ਬੋਲਤੇ ਫਾਦਰ ਕੋ ਬਾਬਾ ਬਾਬਾ ਠੀਕ ਠੀਕ ਹਾਂ ਇਨਕੇ ਵਾਲਸ ਵਕਾਰ ਸਾਹਿਬ ਦਾ ਬੈਗ ਦਾ ਲਾਗ ਭੁੱਲ ਗਿਆ ਭੁੱਲ ਗਿਆ ਘਰ ਇਹਨਾਂ ਦਾ ਬਹੁਤ ਸੋਹਣਾ ਮੈਂ ਬਾਹਰੋਂ ਵੇਖਿਆ ਗਾਰਡਨ ਜਿਹਾ ਬਣਾਇਆ ਅਤੇ ਉਹ ਖਲਾਰਤੀ ਆਪਾਂ ਬਾਹਰ ਗੱਡੀ ਫਿਲਹਾਲ ਅਤੇ ਇੱਥੇ ਆਪਾਂ ਬਹਿੰਦੇ ਇੱਧਰ ਇਹਨਾਂ ਕਿਚਨ ਕੁਚਨ ਬਣਾਇਆ ਇਹਨਾਂ ਖਾਣੇ ਖੁਣੇ ਦਾ ਇੰਤਜ਼ਾਮ ਕੀਤਾ ਅਤੇ ਅੱਜ ਰਾਤ ਆਪਾਂ ਇੱਥੇ ਰੁਕਣਾ ਮਸੂਦ ਅਜ਼ੀਜ਼ੀ ਬਾਈ ਦਾ ਬਹੁਤ ਸ਼ੁਕਰੀਆ ਬਹੁਤ ਸੋਹਣਾ ਖਾਣਾ ਅਤੇ ਰੋਟੀ ਆ ਪਤਾ ਨਹੀਂ ਕਾਹਦੀ ਇਹਨਾਂ ਬਣਾਈ ਆ ਪਿਆਜ਼ ਨਿੰਬੂ ਆ ਪੁਦੀਨਾ ਹੈ ਬਹੁਤ ਸੋਹਣਾ ਦਸਤਰਖਾਨ ਸਜਾਤਾ ਬਹੁਤ ਨਾਲ ਇਹ ਕੀ ਹੈ ਡੋਗ ਡੋਗ ਹੈਗਾ ਮਿਲਕ ਮਿਲਕ ਪੀ ਕੇ ਚੈੱਕ ਕਰੇਗਾ ਪੀ ਕੇ ਚੈੱਕ ਕਰੇਗਾ ਬਤਾਏ ਕੇ ਬਾਅਦ ਕਰੇਗਾ ਕਿਆ ਲਓ ਜੀ ਡਿਨਰ ਸਾਡਾ ਹੋ ਗਿਆ ਰੈਡੀ ਡਿਨਰ ਜ਼ਿਆਦਾ ਹੈ ਡਿਨਰ ਰੈਡੀ ਹੋ ਗਿਆ ਤੇ ਹੁਣ ਆਪਾਂ ਸੌਣ ਦੇ ਉਠਾਉਣ ਦੀ ਵੀ ਕਰਨੀ ਤਿਆਰੀ ਤੇ ਕਿਉਂਕਿ ਕੱਲ ਰਾਤ ਵਕਾਰ ਤੇ ਫੇਰ ਸੌ ਗਿਆ ਸੀ ਤੇ ਮਸੂਦ ਹੀ ਸੌ ਗਿਆ ਮੈਂ ਨਹੀਂ ਸੋਇਆ ਰਾਤ ਕੋ ਮੈਂ ਨਹੀਂ ਸੋਇਆ ਨਾ ਨਹੀਂ ਹੁਣ ਆਪਾਂ ਖਾਣੇ ਤੋਂ ਬਾਅਦ ਮੈਂ ਨਹਾ ਨੂ ਕੇ ਫਿਰ ਸੋਵਾਂਗਾ ਤੇ ਬਾਕੀ ਗੱਲਾਂ ਹੋਣਗੀਆਂ ਸਵੇਰੇ ਅਗਲੇ ਸਫ਼ਰ ਦੀਆਂ ਤੇ ਫਿਰ ਇੱਕ ਵਾਰੀ ਦਿਲੋਂ ਸ਼ੁਕਰਾਨਾ ਸ਼ੁਕਰੀਆ ਮਸੂਦ ਬਾਈ ਦਾ ਵੀ ਉਹਨਾਂ ਸ਼ੁਕਰੀਆ ਕਰਦਾ ਸਾਨੂੰ ਡਰਾਉਣ ਦਿਆ ਸੀ ਡਰ ਲਾਇਆ ਹਾਂ ਪਹਿਲਾਂ ਤਾਂ ਮੈਂ ਡਰਦਾ ਨਹੀਂ ਉਹਦਾ ਰਿਸ਼ਤਾ ਹੋ ਜਾਏਗਾ ਭਾਈ ਇਹਨੂੰ ਹੀ ਕਾਬੂ ਕਰ ਲੈ ਵੀ ਤੇਰੇ ਨਾਲ ਹੀ ਰਹਿਣਾ
ਮਿਲਦੇ ਆ ਫਿਰ, ਰੱਬ ਰੱਖਾ।